ਅੱਜ ਖਰੜ ਵਿੱਚ DIG ਰੋਪੜ ਰੇਂਜ ਗੁਰਪ੍ਰੀਤ ਭੁੱਲਰ ਦੀ ਅਗਵਾਈ ਵਿੱਚ ਭਾਰੀ ਪੁਲਿਸ ਬਲ ਅਤੇ ਡੌਗ ਸਕਾਊਟਸ ਨਾਲ ਸੜਕਾਂ ਤੇ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ DIG ਗੁਰਪ੍ਰੀਤ ਭੁੱਲਰ ਦੇ ਨਾਲ ਮੋਹਾਲੀ ਦੇ SSP ਵਿਵੇਕ ਸੋਨੀ, SP ਰਵਨੀਤ ਵਿਰਕ ਅਤੇ ਖਰੜ ਦੇ DSP ਰੁਪਿੰਦਰ ਕੌਰ ਸੋਹੀ ਤੇ SHO ਸਮੇਤ ਸਮੂਹ ਸਟਾਫ ਮੌਜੂਦ ਰਿਹਾ। ਵਧੇਰੇ ਜਾਣਕਾਰੀ ਲਈ ਬਣੇ ਰਹੋ ਸਾਡੇ ਏਤੀਮਾਨ ਚੈਨਲ ਦੇ ਨਾਲ। ਮਾਨਯੋਗ DGP ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਪੰਜਾਬ 'ਚ ਅੱਜ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਰੋਪੜ ਰੇਂਜ ਦੇ ਵਿੱਚ ਵੀ ਤਿੰਨੋਂ ਡਿਸਟ੍ਰਿਕਟਸ SAS ਨਗਰ, ਫਤਿਹਗੜ੍ਹ ਸਾਹਿਬ ਅਤੇ ਰੋਪੜ ਦੇ ਵਿੱਚ ਵੀ ਇਹ ਜਿਹੜੀ ਨਾਕਾਬੰਦੀ ਹੈ SSP ਦੇ ਸੁਪਰਵੀਜ਼ਨ 'ਚ ਕੀਤੀ ਗਈ ਹੈ। ਮਾਨਯੋਗ DG ਸਾਹਿਬ ਨੇ ਸੀਨੀਅਰ ਅਫਸਰ ਦੀ ਡਿਊਟੀ ਲਗਾਈ ਹੈ, ਜਿਵੇਂ ADG ਰੈਂਕ ਤੋਂ ਲੈ ਕੇ ਥੱਲੇ ਤੱਕ ਇੱਕ ਇੱਕ ਜਗ੍ਹਾ ਦੀ ਔਰ ਨਾਕਿਆਂ ਦੀ ਸੁਪਰਵੀਜ਼ਨ ਔਰ ਚੈਕਿੰਗ ਆਪ ਕਰਨਗੇ। ਉਹ 'ਚ ਸਾਰੇ ਸੀਨੀਅਰ ਅਫਸਰ ਅੱਜ ਫੀਲਡ 'ਚ ਨੇ ਪੰਜਾਬ 'ਚ। ਮਾਨਯੋਗ DG ਸਾਹਿਬ ਆਪ ਵੀ ਖੁਦ ਰੋਪੜ ਦੇ ਵਿੱਚ ਉਹਨਾਂ ਨੇ ਚੈਕਿੰਗ ਕੀਤੀ ਹੈ ਔਰ ਇਹਦੇ 'ਚ ਤਕਰੀਬਨ 70 ਪੁਆਇੰਟ ਜਿਹੜੇ ਹੈਗੇ ਆ ਸਾਡੇ ਰੂਪਨਗਰ ਰੇਂਜ ਦੇ ਵਿੱਚ ਹੈਗੇ, ਤਿੰਨੋਂ ਡਿਸਟ੍ਰਿਕਟਸ ਨੂੰ ਮਿਲਾ ਕੇ। ਉੱਥੇ ਸਾਰੇ ਕਸਟਡ ਅਫਸਰਸ, SHOs ਔਰ ਸਪੈਸ਼ਲ ਜਿਹੜੀ ਫੋਰਸ ਹੈ, ਅਸੀਂ ਆਪਣੀ ਜਿਹੜੀਆਂ ਯੂਨਿਟਸ ਨੇ ਜਿਵੇਂ ਦਫ਼ਤਰ ਨੇ, EO ਵਿੰਗ ਵਗੈਰਾ, ਵੁਮੈਨ ਸੈੱਲ ਉਹਦੋਂ ਕੱਢ ਕੇ ਯੂਨਿਟਸ ਦੀ ਵੀ ਫੋਰਸ ਸਾਰੀ ਜਿਹੜੀ ਆ ਹੁਣ ਗਰਾਊਂਡ ਹੈ। ਔਰ ਇਹਦੇ 'ਚ ਬੇਸਿਕਲੀ ਮੇਨ ਪਰਪਸ ਹੈ ਕਿ ਅਸੀਂ ਜਿਹੜੇ ਸਸਪੀਸ਼ੀਅਸ ਲੋਕ ਨੇ ਜਿਹੜੇ ਟਰੈਵਲ ਕਰ ਰਹੇ, ਚਾਹੇ ਉਹ ਡਰੱਗਸ ਨੂੰ ਲੈ ਕੇ ਆ ਜਾਂ ਔਰਗਨਾਈਜ਼ ਕ੍ਰਾਈਮ ਨੂੰ, ਜਿਵੇਂ ਕਿ ਗੈਂਗਸਟਰਸ ਵਗੈਰਾ, ਉਹਦੀ ਜਿਹੜੀ ਪ੍ਰੀਵੈਂਸ਼ਨ ਹੋਵੇ ਔਰ ਅਸੀਂ ਉਹਨਾਂ ਨੂੰ ਉੱਥੋਂ ਫੜ ਸਕੀਏ। ਗੱਡੀਆਂ ਦੀ ਵਾਹਨ ਚੈਕਿੰਗ ਵਾਸਤੇ ਸਪੈਸ਼ਲ ਟੀਮਸ ਲਾਈਆਂ ਗਈਆਂ, ਲੈਪਟਾਪ ਲੈ